खबर तरन तारण तो है। तरन तारण के अधीन आते पिंड माड़ी माजरा के वसनीक तरसेम सिंह छिंदर कौर सुखविंदर कौर ने दोष लगाए ने कि साढ़े भरा भरजाई ने साड़ी जगह पर जाली बंदे खड़े करके जाली रजिस्ट्री अपने नाम से करवा ली है। इस संबंधी गलबात करते हैं पीड़ित तरसेम सिंह ने दसिया कि मैं अपनी जमीन का 9 कनाल 12 मरले का एक तबादला 15 साल पहला बिल्ले गुड़ वाले साथियों नाल कीता सी। मेरे नाल तबादला करके उस जगह तो बिल्ले गुड़ वाले साथियों ने पैलेस की उसारी कर ली। तबादले वाली 9 कनाल 12 मरले जगह करीब 15 साल तो मेरे कब्जे हेठ है, मेरे नाम ते इंतकाल दर्ज है। उन्होंने कहा कि पर हुण मैनू पता लगा है कि इस 9 कनाल 12 मरले जगह विचों 5 कनाल 5 मरले जगह मेरे भरा शमशेर सिंह ने मिली भुगत करके अपनी पत्नी दे नाम दर्ज करवा दिती है। उसने यह जगह बिल्ले गुड़ वाले दे साथियां आदि जिन्हां पासों मैं यह जगह दा तबादला करवाया सी दे नाँ ते रजिस्ट्री कर दिती है। देखदे हां इह खबर। मेरा नाम तरसेम सिंह है, पिंड माड़ी समरा मेरा पिंड है, नाल स्कूले में ड्यूटी करता हाँ। तो मेरी पैली जी पहला दोषियों ने तबावला करके पैली मैं इधर देती है, तो मेरी पैली च पैलेस पा लिया वा। हूँ कि भरा मेरे शमशेर सिंह ने मैं हूँ पता लगा कल परसों का भी उन्हें आपकी घर के ना 5 कराला पैली जी रजिस्ट्री आपकी घर के ना लिखवाली है, लिखा इंतकाल भी चढ़ा लिया वा। उल्टा मैंने पैली छड़ मैं नहीं छड़िया कब्जा, तो उल्टा जिन्होंने मैं कहा तबावला कराया वा ओह ही मतलब फिर मुड़ के भौंके उन्हें बैल लैन दे, उन्होंने बैल ले ली है, उन्हें बैल ले ली उल्टा दिया भी कब्जा छड़। मैं नहीं कब्जा छड़ना, तुम मेरी पैली वापस दो, चाहे मेरा बयाना तोड़ के मेरी पैली उत्थे छड़ दो, आप की पैली सामभ लो। वो आते कुछ भी नहीं करना। किन्ना चिर होया तुहाडे तबादले होए? 15 साल हो गए, 2006 का होया। ठीक है, 2006 का ਤੇ ਹੁਣ ਜਿਹੜੇ ਆ ਉਹ ਕੀ ਕਹਿੰਦੇ ਵੀ ਇਹ ਜਿਹੜੀ ਪੈਲੀ ਸਾਡੀ ਹੈ ਜੀ? ਹਾਂਜੀ ਆਂਦੇ ਪੈਲੀ ਸਾਡੀ ਹੈ। ਤੇ ਤੁਸੀਂ ਇਸ ਦਿਖਾਈ ਦਰਖਾਸਤ ਦਿੱਤੀ ਕੋਈ? ਇਸ ਦਰਖਾਸਤ ਮੈਂ ਤੇ ਸ਼ਮਸ਼ੇਰ ਸਿੰਘ ਦੀ ਉਹਦੀ ਘਰ ਦੀ ਜੇਬ ਦਿੱਤੀ ਆ, ਤੇ ਉਹ ਭਰਾ ਮੇਰਾ ਆਉਂਦਾ ਵੀ ਸਾਡਾ ਹਿੱਸਾ ਬਣਦਾ ਵਿੱਚ, ਮੈਂ ਤੁਹਾਡੇ ਹਿੱਸਾ ਦਾ ਕੋਣਾ ਬਣਿਆ ਹੁਣ ਆਣ ਕੇ ਬਣਨਾ ਹੈ। ਤੇ ਜਿਹੜੀ ਤੁਹਾਡੇ ਭਰਾ ਦੀ ਪੈਲੀ ਸੀ ਉਹ ਕਿੱਥੇ ਗਈ? ਉਹ ਉਹਨੇ ਵੇਚ ਕੇ ਖਾ ਲਈ ਹੈ ਜੀ। ਠੀਕ ਹੈ ਜੀ, ਉਹਨੇ ਆਪਦੀ ਸਾਰੀ ਪੈਲੀ ਵੇਚ ਕੇ ਖਾਲੀ, ਉਹਦਾ ਕੋਈ ਹਿੱਸਾ ਨਹੀਂ ਬਚਦਾ ਇੱਥੇ, ਨਾ ਇੱਧਰ ਨੋਰ ਖੇਤ ਕਿਸੇ 'ਚ, ਉਹ ਵੇਚ ਕੇ ਵਿਹਲਾ ਹੋਇਆ ਵਾ ਹੁਣ, ਧੱਕੇ ਨਾ ਮੇਰੀ ਵਾਹੁਣ ਦਿਆ। ਹੁਣ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ? ਮੰਗ ਇਹੋ ਕਰਦੇ ਪ੍ਰਸ਼ਾਸਨ ਵੀ ਮੇਰੀ ਪੈਲੀ ਦੀ ਜਿਹੜੀ ਰਜਿਸਟਰੀ ਆ ਅਤੇ ਮੈਨੂੰ ਵਾਪਸ ਦਵਾਈ ਜਾਵੇ ਅਤੇ ਮੈਨੂੰ ਇਨਸਾਫ ਦਵਾਇਆ ਜਾਵੇ। ਇਹ ਵੀ ਨਾ ਸਾਡੇ ਵੀਰ ਦੀ ਆ ਪੈਲੀ, ਤਾਂ ਇਹ ਆ ਵੀ ਜਦੋਂ ਦਾ ਵੀ ਆ ਕੀ ਆ ਆਪਸ ਮੈਂ ਦੋਵੇਂ ਭਰਾ ਭਰਾ ਵੀ ਚਲੋ ਜੋ ਵੀ ਕਰਦੇ ਸੀਗੇ, ਅਤੇ ਇਹ ਵੀ ਆਪਣੀ ਵੰਡ ਵੇਚ ਗਿਆ ਵਾ। ਕੌਣ ਜਿਹੜਾ ਆਪਣੀ ਵੰਡ ਵੇਚ ਗਿਆ ਅਤੇ ਹੁਣ ਕਿਹੜੇ ਪੀਰ ਦੀ ਇਹ ਪੈਲੀ ਬਣਦੀ ਹੈ? 6ਵੀਂ ਵੇਚ ਗਿਆ ਵਾ, ਅਤੇ ਇਹ ਜਿਹੜਾ ਸੇਮਾ ਵਾ ਇਹ ਵਿਚਾਰਾ ਹੁਣ ਭੱਜਾ ਹਰਦਾ, ਇਹਦੀ ਵਾਂਟ ਰਹਿ ਗਈ ਇਹਦੀ, ਇਹਨੂੰ ਵਿਚਾਰੇ ਨੂੰ ਵੀ ਨਹੀਂ ਟਿਕਣ ਦਿੰਦਾ ਕਿਸੇ ਵੇਲੇ ਘਰ ਆਣ ਕੇ ਵੀ ਦਾਬੇ ਮਾਰਦਾ ਮੈਂ ਆਖੀਏ। ਅਤੇ ਬਾਕੀ ਇਹ ਆ ਵੀ ਸਾਡਾ ਸਾਡੇ ਤੋਂ ਉਹਨੇ ਵੀ ਜਿਸ ਤਰ੍ਹਾਂ ਸਾਡੀ ਵੀ ਸਾਡੇ ਪਿਓ ਮੁੱਕੇ ਤੋਂ ਚਲੋ ਸਾਡੇ ਨਾਂ ਲੱਗੀ ਸੀ ਪੈਲੀ, ਉਹ ਵੀ ਆਪਦੀ ਝੂਠੀ ਆਪਦੇ ਘਰ ਦੀ ਦੇ ਨਾਂ ਕਰਾ ਕੇ, ਅਤੇ ਉਹ ਵੀ ਜਾਲੀ ਕਰਕੇ ਕੰਮ ਸਾਰਾ, ਅਤੇ ਸਾਡੇ ਨਾਂ ਵਾਲੀ ਵੀ ਮੇਰੇ ਭਰਾ ਨੇ ਤਬਾਦਲਾ ਕਰਾਇਆ ਸੀ ਵੀ ਮੈਂ ਇੱਕ ਥਾਂ ਸਾਰੀ ਇਕੱਠੀ ਕਰ ਲਵਾਂ, ਅਤੇ ਉਹ ਹੁਣ ਇਹ ਵੀ ਕਿਸੇ ਨਾਂ 'ਤੇ ਨਹੀਂ ਆਉਣ ਡਿਆ, ਉਹ ਇਹਦਾ ਹਿੱਸਾ ਵੀ ਵੇਚਣ ਡਿਆ ਵਾ। ਨਹੀਂ ਜਦੋਂ ਭੈਣ ਰਜਿਸਟਰੀ ਹੋਈ ਤੁਸੀਂ ਨਾਲ ਸੋ ਤੋਂ? ਨਹੀਂ ਵੀ ਅਸੀਂ ਨਾਲ ਨਹੀਂ, ਸਾਡਾ ਕੋਈ ਗੂਠਾ ਨਹੀਂ, ਕੋਈ ਸੈਨ ਨਹੀਂ, ਕਿਤੇ ਨਹੀਂ ਗਏ, ਨਾ ਕਿਸੇ ਕਚਹਿਰੀ 'ਚ ਗਏ, ਨਾ ਕਿਤੇ ਗਏ ਹੀ ਅਸੀਂ, ਘਰੇ ਸਾਨੂੰ ਕੋਈ ਪਤਾ ਨਹੀਂ। ਸਾਡਾ ਵੀਰ ਆਇਆ ਆਉਂਦਾ ਮੇਰੇ ਨਾਲ ਆਹ ਗੱਲ ਬਣ ਗਈ ਆ, ਉਹ ਭੱਜਾ ਫਿਰਦਾ ਵਿਚਾਰਾ, ਉਹ ਵੀ ਚਲੋ ਅਸੀਂ ਆਉਂਦੇ ਹਾਂ, ਅਤੇ ਉਹ ਆਪਦਾ ਹਿੱਸਾ ਵੇਚ ਗਿਆ, ਸਾਰਾ ਕੁਛ ਕਰ ਗਿਆ ਵਾ, ਹੁਣ ਇਹਦਾ ਹਿੱਸਾ ਇਹਦੇ ਕੋਲ ਰਹਿਣ ਡਿਆ, ਇਹ ਵੀ ਲੱਤੋਂ ਆ ਰਿਹਾ ਵਾ, ਅਤੇ ਆਪਣੇ ਬੱਚਿਆਂ ਨੂੰ ਇਹ ਵੀ ਰੋਟੀ ਦੇ ਸਕੇ, ਅਸੀਂ ਨਹੀਂ ਆਉਂਦੇ, ਸਾਰੇ ਭਰਾ ਭੋ ਆਪਣੇ ਘਰ ਹੀ ਰਹਿਣ। ਤੁਹਾਡੇ ਕਹਿਣ ਦਾ ਭਾਵ ਜਿਹੜਾ ਸ਼ੇਰਾ ਉਹ ਆਪਣੀ ਪੈਲੀ ਵੇਚ ਗਿਆ ਤੇ ਪੈਲੀ ਇਹਦੀ ਬਣਦੀ ਹੈ? ਹਾਂਜੀ ਉਹ ਇਹਦੀ ਬਣਦੀ, ਉਹ ਧੱਕੇ ਨਾਲ ਆਪਦੀ ਘਰ ਦੀ ਦੇ ਨਾਂ ਕਰਾ ਕੇ ਤੇ ਹੁਣ ਫੇਰ ਪਾਸੇ ਵੇਚਣ ਡਿਆ। ਜਿਹੜੀਆਂ ਤੁਸੀਂ ਕਿੰਨੀਆਂ ਭੈਣਾਂ ਟੋਟਲ? ਅਸੀਂ 3 ਭੈਣਾਂ ਸਾਂ। ਤੇ ਇਹਦੇ ਵੀਰ ਦੇ ਨਾਲ ਕਿੰਨੇ ਤੁਸੀਂ ਸਹਿਮਤ? ਅਸੀਂ 3 ਭੈਣੇ ਵੀਰ ਦੇ ਨਾਲ ਆ। ਅੱਛਾ ਜੀ। ਅਸੀਂ ਇਹ ਵੀਰ ਦੇ ਨਾਲ ਖਲੋਤੀ ਆ ਕਿਉਂਕਿ ਉਹਦਾ ਹਿੱਸਾ ਬਣਦਾ ਹੈ, ਉਹਨੂੰ ਉਹਦਾ ਹੱਕ ਛੱਡੇ ਤੇ ਧੱਕਾ ਨਾ ਕਰੇ, ਉਹ ਵੀ ਬੱਚਿਆਂ ਵਾਲਾ ਵਾ। ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ? ਅਸੀਂ ਸਾਡੇ ਵੀਰ ਨਾਲ ਇਨਸਾਫ ਚਾਹੀਦਾ। ਦਰਖਾਸਤ ਦਿੱਤੀ ਤਰਸੇਮ ਸਿੰਘ ਨੇ, ਉਹਦੀ ਪੜਤਾਲ ਚੱਲ ਰਹੀ ਆ, ਉਹਦੀਆਂ ਭੈਣਾਂ ਨੇ ਵੀ ਦਰਖਾਸਤ ਦਿੱਤੀ ਆ ਮਾਲ ਵਿਭਾਗ ਕੋਲ ਰਿਕਾਰਡ ਲੈ ਕੇ, ਅਤੇ ਜੋ ਅਸਲੀਅਤ ਸਾਹਮਣੇ ਲਿਆ ਕੇ ਕਾਰਵਾਈ ਕੀਤੀ ਜਾਵੇ। ਉਹ ਤਾਂ ਕਹਿੰਦਾ ਕਿ ਮੇਰੇ ਜਿਹੜੀ ਧੱਕੇ ਨਾਲ ਮੇਰੇ ਭਰਾ ਨੇ ਉੱਥੇ ਕਬਜ਼ਾ ਕਰ ਰਿਹਾ ਜੀ, ਇਹ ਦੋਵਾਂ ਨੇ ਆਪੋ ਆਪਣੀ ਰਜਿਸਟਰੀ ਕਰਵਾਇਆ, ਜੋ ਵੀ ਸੱਚ ਹੋਊਗਾ ਸਾਹਮਣੇ ਆਊਗਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇ। ਤਰਨ ਤਾਰਨ ਤੋਂ ਅਮਰ ਗੌਰ ਸਿੰਘ ਦੀ ਖਬਰ। ਫ੍ਰੀ ਲੀਫ ਆਯੁਰਵੈਦਿਕ ਆਇਲ
125 ਬਿਮਾਰੀਆਂ ਦਾ ਸੰਪੂਰਨ ਇਲਾਜ ਜਿਵੇਂ ਗਠੀਆ ਸਰਵਾਈਕਲ ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਵਜ਼ਨ ਘਟਾਓ ਤੇ ਖੁਸ਼ ਹੋ ਜਾਓ ਫ੍ਰੀ ਰਿਲੀਫ ਪਾਵਰ ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਅਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ ਫ੍ਰੀ ਰਿਲੀਫ ਪਾਵਰ ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ ਕਬਜ਼ ਹਰ ਚੂਰਨ ਨੂੰ ਅਪਣਾਓ ਅਤੇ ਕਬਜ਼ ਤੋਂ ਛੁਟਕਾਰਾ ਪਾਓ ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 9478484087 ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478484087